काफ़ी देर तो जी बीमार सा, पत्थरी की शिकायत सी, सिर की भी सी, तो उन्हें असी बहुत ठीक होए हैं, इतने सेवा करते हाँ, पत्थरी भी निकल गई, सिर न भी ठीक हो गए हैं जी, वधिया है। इतने होर आए ने बीबिया डेढ़ महीने तो रह रही ने, उन्होंने दोवे के बच्चे भी बहुत एक अड्डियाँ चुक चुकदा सी, पैर नहीं सी थले लाता है, उन्होंने भी वधिया आराम है। एक होर बीबी उनका बेटा बहिंदा भी नहीं, खलोना तो किधरे बहिंदा भी नहीं है, वह भी बहन लग गया। उन्हें तीन तीन महीनों की असी सेवा इतने करके जानी है, भी असी ठीक हो के जाना, इतों जाना नहीं उन्ना चेर। असि अज अगे मैं सोहरा साहब ने उसके लिए कहा ही, दिमागी हालत बहुत खराब सी, हुण इस टाइम बिल्कुल ठीक है। भले अमरदास गुण तेरे, तेरी उपमा तू ही बने आवे। गुरु फतेह दी सांझ पौने आ जी, वाहेगुरु जी का खालसा, श्री वाहेगुरु जी की फतेह। शब्द चैनल वेख रहे सारे ही दर्शकों का मैं रेणु रानी बहुत बहुत स्वागत करती हाँ। असी अज पहुंचे हाँ गुरुद्वारा साहिब सच्ची मंजी पिंड दुलची के फिरोजपुर। निमाणिया का मान, नितानिया का तान, नियोटिया की ओट, नियासिया के आसरे, तीसरे पातशाही श्री गुरु अमरदास जी। इत्थे तुहानू दर्शन करवावांगे श्री गुरु अमरदास जी दे जोड़ा साहिब दे, जिस नू मत्थे दे नाल लगाउण नाल सारे दुख दूर हो जांदे ने। सति श्री अकाल जी। हांजी वीर जी, तुसीं कदों तो आ रहे हो इत्थे? असीं ना, सानू साडे ना रागे रिश्तेदार ने साडे, वह आउंदे रहे पहलां, इत्थे उन्हां दा इलाज होया सी। इत्थे जाण के बहुत महान हस्ती तगड़ी है, गुरद्वारा भी हर एक दुख कट्टिया जांदा है। ਸਾਡੇ ਰਿਸ਼ਤੇਦਾਰਾਂ ਦੇ ਤੁਸੀਂ ਕਹਿ ਰਹੇ ਹੋ ਆਏ ਆ, ਉਹਨਾਂ ਨੂੰ ਅੱਜ ਅਸੀਂ ਨਾ ਅੱਜ ਅੱਗੇ ਮੈਂ ਸਹੁਰਾ ਸਾਹਿਬ ਨੇ ਉਹਦੇ ਲਈ ਕਿਹਾ ਸੀ, ਦਿਮਾਗੀ ਹਾਲਤ ਬਹੁਤ ਖਰਾਬ ਸੀ, ਹੁਣ ਇਸ ਟਾਈਮ ਬਿਲਕੁਲ ਠੀਕ ਹੈ। ਅੱਜ ਅਸੀਂ ਦੂਜੀ ਵਾਰ ਲੈ ਕੇ ਆਏ, ਬਿਲਕੁਲ ਫਰਕ ਪੈ ਗਿਆ। ਦਸੀਂ ਬਾਰ੍ਹਾਂ ਦਿਨੀ ਆਪਾਂ ਵੀ ਇਹਦਾ ਬਹੁਤ ਪਰਹੇਜ ਹੈ, ਜਿਹੜਾ 10-12 ਦਿਨ ਪਰਹੇਜ ਕਰ ਜੂਗਾ ਬਹੁਤ ਲੋਹੇ ਵਰਗਾ ਹੋ ਜਾਊਗਾ, ਜਾਣੀ ਕਿ ਉਹਦੇ 'ਚ ਆਪਾਂ ਨੂੰ ਪਰਹੇਜ ਦੀ ਲੋੜ ਹੈ ਬਹੁਤ। ਜੋ ਕੁਛ ਇਹਨਾਂ ਦੇ ਕਹਿ ਰਹੇ ਬਾਬੇ ਨੇ, ਜੇ ਇਹਦੇ ਪਰਹੇਜ ਦੇ ਯਾਨੀ ਕਿ 10-12 ਦਿਨ ਬਹੁਤ ਜ਼ਰੂਰੀ ਹੈ। ਉਹਨਾਂ ਦੀ ਦਿਮਾਗੀ ਹਾਲਤ ਬਹੁਤ ਖਰਾਬ ਸੀ, ਤੁਸੀਂ ਡਾਕਟਰਾਂ ਤੋਂ ਇਲਾਜ ਕਰਵਾਇਆ ਅਤੇ ਹੁਣ ਤੁਹਾਨੂੰ ਇੱਥੇ ਆਉਣ ਨਾਲ ਫਰਕ ਪਿਆ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਅਜੇ ਤਾਂ ਪਹਿਲੀ ਵਾਰ ਆਏ ਹਾਂ ਅਤੇ ਅੱਜ ਦੂਜਾ ਚਾਂਸ ਸੀ। ਮਤਲਬ ਫੇਰੀਆਂ ਲਾਉਂਦੇ ਹੋ, ਹੁਣ ਕਿੰਨੀ ਕੁ ਫੇਰੀਆਂ ਲਾਉਣੀਆਂ ਪੈਂਦੀਆਂ? ਇਸ ਟਾਈਮ ਮੈਂ ਨਾ ਹੀ ਇੱਕ ਇਹਨਾਂ 2 ਵਾਰੀ ਕਹੇ ਕਹਿੰਦੇ, ਪਹਿਲਾਂ ਸਭ ਤੋਂ ਤੁਸੀਂ ਜਦੋਂ ਮੰਨ ਲਓ ਆਉਣਾ ਹੈ ਪਹਿਲੀ ਵਾਰ, ਦੂਜੀ ਵਾਰ ਆਪਾਂ ਨੂੰ ਉਦੋਂ ਜਦੋਂ ਮੰਨ ਲਓ ਫਰਕ ਪੈ ਜਾਂਦਾ 10 ਦਿਨਾਂ ਬਾਅਦ ਆਈ, 8 ਦਿਨਾਂ ਬਾਅਦ, ਅੱਬਲ ਤਾਂ 12 ਦਿਨੀ 13 ਦਿਨੀ ਬੰਦਾ ਆਊਗਾ ਤਾਂ ਬਹੁਤ ਫਰਕ ਪੈ ਜਾਂਦਾ। ਉਹ ਪਰਹੇਜ ਰੱਖਣਾ ਪੈਂਦਾ ਬਹੁਤ, ਜਿੰਨਾ ਵੀ ਇਹਨਾਂ ਬਾਬਿਆਂ ਕਿਹਾ ਹੋਇਆ ਵੀ ਖਾਣ ਪੀਣ ਦਾ ਕੋਈ ਵੀ ਪਰਹੇਜ ਆ ਜਿਹੜਾ ਇਹਨਾਂ ਦੱਸਿਆ ਉਹ ਕਰੋ, ਸਰੀਰ ਐਂ ਲੋਹੇ ਵਰਗਾ ਜੀ। ਕਿੱਥੋਂ ਆਏ ਹੋ ਤੁਸੀਂ? ਅਸੀਂ ਆਏ ਹਾਂ ਤਰਨ ਤਾਰਨ ਜ਼ਿਲ੍ਹਾ, ਬੰਡਾਲਾ ਪਿੰਡ ਸਾਡਾ। ਹਾਂਜੀ, ਉੱਧਰ ਜੰਡਿਆਲਾ ਅੱਜ ਬੰਡਾਲਾ ਉੱਥੋਂ ਆਏ ਹੋਏ। ਸਤਿ ਸ਼੍ਰੀ ਅਕਾਲ ਬਾਬਾ ਜੀ। ਕਿੱਥੋਂ ਆਏ ਹੋ ਬਾਬਾ ਜੀ ਤੁਸੀਂ? ਪਿੰਡ ਮਣਵਾਈ ਤੋਂ ਆਏ, ਫਿਰੋਜ਼ਪੁਰ ਜ਼ਿਲ੍ਹਾ ਆਪਣਾ। ਹਾਂਜੀ, ਅਤੇ ਅਸੀਂ ਪਿਛਲੇ ਹਫ਼ਤੇ ਤੋਂ ਆ ਰਹੇ ਹਾਂ ਜੀ। ਹਾਂਜੀ, ਕੀ ਦੁੱਖ ਨੇ ਬਾਬਾ ਜੀ ਤੁਹਾਨੂੰ? ਬਾਬਾ ਜੀ ਤਾਂ ਹਰੇਕ ਦੁੱਖ ਦੂਰ ਕਰਦੇ ਆ ਜੀ। ਤੁਹਾਨੂੰ ਕਿਸੇ ਨੇ ਦੱਸਿਆ ਵੀ ਇੱਦਾਂ ਦੁੱਖ ਦੂਰ ਹੁੰਦੇ ਆ? ਸਾਡੇ ਰਿਸ਼ਤੇਦਾਰ ਹੀ ਆਏ ਸੀ ਇੱਥੇ, ਉਹਨਾਂ ਨੂੰ ਦੱਸਿਆ ਜੀ। ਹਾਂਜੀ, ਤੁਹਾਨੂੰ ਇੱਕ ਹਫ਼ਤੇ ਤੋਂ ਆ ਰਹੇ ਹੋ, ਤੁਹਾਨੂੰ ਲੱਗ ਰਿਹਾ ਕਿ ਫਰਕ ਪੈ ਰਿਹਾ? ਫਰਕ ਹੈਗਾ ਜੀ। ਸਤਿ ਸ਼੍ਰੀ ਅਕਾਲ। ਕਿੱਥੋਂ ਆਏ ਹੋ ਤੁਸੀਂ? ਹਾਂਜੀ, ਅਤੇ ਮਤਲਬ ਤੁਹਾਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਉਣ ਨਾਲ ਦੁੱਖ ਦੂਰ ਹੋ ਜਾਂਦੇ ਹਨ? ਹਾਂਜੀ, ਅਸੀਂ ਤਾਂ ਖੁਸ਼ੀ ਨਾਲ ਵੈਸੇ ਮੱਥਾ ਟੇਕਣ ਆਏ ਹਾਂ। ਹਾਂ, ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਅੱਜ ਤੁਸੀਂ ਪਹਿਲੀ ਵਾਰ ਆਏ ਹੋ? ਇੱਕ ਵੀ ਇੱਕ ਵਾਰੀ ਆਏ ਸੀਗੇ। ਹਾਂਜੀ, ਮੇਲੇ 'ਤੇ ਆਏ ਸੀ, ਇੱਕ ਵਾਰੀ ਹੁਣ ਆਏ ਹਾਂ। ਸਤਿ ਸ਼੍ਰੀ ਅਕਾਲ ਦੀਦੀ। ਹਾਂਜੀ, ਕੀ ਹਾਲ ਹੈ ਜੀ? ਵਧੀਆ, ਠੀਕ ਠਾਕ ਹੈ। ਕਿੱਥੋਂ ਆਏ ਹੋ ਤੁਸੀਂ? ਅਸੀਂ ਫਿਰੋਜ਼ਪੁਰ ਤੋਂ ਆਏ, ਪਿੰਡ ਵਾਕਿਆ ਤੋਂ। ਇੱਕ ਤੁਸੀਂ ਵੀ ਇਹਨਾਂ ਨਾਲ ਆਏ ਹੋ ਫਸਟ ਟਾਈਮ? ਨਹੀਂ, ਅਸੀਂ ਕਾਫੀ ਬਚਪਨ ਤੋਂ ਮੱਥਾ ਟੇਕਦੇ ਹਾਂ ਇੱਥੇ। ਹਾਂਜੀ, ਤੁਹਾਨੂੰ ਕਿੱਦਾਂ ਲੱਗਦਾ ਇੱਥੇ ਆ ਕੇ? ਮਤਲਬ ਕਿ ਦਿਨ ਖੁਸ਼ੀ ਮਿਲਦੀ, ਜੋ ਮੰਗੇ ਉਹ ਪੂਰਾ ਹੁੰਦਾ ਜੀ, ਜੋ ਵੀ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਸਤਿ ਸ਼੍ਰੀ ਅਕਾਲ ਬਾਬਾ ਜੀ। ਕੀ ਨਾਮ ਬਾਬਾ ਜੀ ਤੁਹਾਡਾ? ਮੇਰਾ ਨਾਮ ਜੀ ਹਰਜੰਗ ਸਿੰਘ ਆ, ਮੈਂ ਜਗਰਾਉਂ ਤੋਂ ਆਇਆ। ਅਸੀਂ ਪਹਿਲਾਂ ਵੀ ਗੁਰੂ ਮਹਾਰਾਜ ਅਸੀਂ ਯੂਟਿਊਬ 'ਤੇ ਚੈਨਲ ਦੇਖਿਆ ਸੀਗਾ, ਜਿਹਦੇ ਤੋਂ ਸਾਨੂੰ ਪਤਾ ਲੱਗਿਆ ਵੀ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਜੋੜਾ ਸਾਹਿਬ ਇੱਥੇ ਮੌਜੂਦ ਨੇ, ਅਤੇ ਅਸੀਂ ਇਸ ਤਰ੍ਹਾਂ ਦੇਖ ਕੇ ਅਤੇ ਸੰਗਤ ਦਾ ਬਚਨ ਸੁਣੇ, ਉਹ ਸੁਣ ਕੇ ਅਸੀਂ ਵੀ ਆਏ ਸੀ। ਮੇਰੇ ਮਿਸਿਜ ਦੇ ਪਿੱਤੇ ਦੇ ਵਿੱਚ ਪੱਥਰੀ ਸੀ, ਅਤੇ ਪੱਥਰੀ ਕਾਰਨ ਅਸੀਂ ਪਹਿਲਾਂ ਵੀ ਆਏ ਸੀਗੇ ਅੱਜ ਤੋਂ 10-15 ਦਿਨ ਪਹਿਲਾਂ, ਅਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਆ, ਅਤੇ ਬਾਬਾ ਜੀ ਨੇ ਜੋ ਕਿਰਪਾ ਕੀਤੀ ਹੈ ਅਤੇ ਚਰਨ ਧੂੜ ਦਿੱਤੀ ਆ, ਅਤੇ ਬਾਬਾ ਜੀ ਨੇ ਮਿਹਰ, ਬਾਬਾ ਜੀ ਕਹਿੰਦੇ ਗੁਰੂ ਮਹਾਰਾਜ 'ਤੇ ਵਿਸ਼ਵਾਸ ਰੱਖੋ, ਸਭ ਕੁਛ ਕਿਰਪਾ ਹੋਊਗੀ, ਸਭ ਕੁਛ ਠੀਕ ਹੋਊਗਾ ਜੀ। ਅਤੇ ਉਸੇ ਕਿਰਪਾ ਸਦਕਾ ਅਸੀਂ ਅੱਜ ਫਿਰ ਦੁਬਾਰਾ ਜਾਣੀ ਗੁਰੂ ਮਹਾਰਾਜ ਦਿੱਤਾ ਹੋਏ ਬਖਸ਼ਿਸ਼ ਪ੍ਰਸ਼ਾਦ
लैण तो बाद अज असी 15 दिन बाद फिर इतने दर्शन करने आए हैं। तो बाबा जी का जो आशीर्वाद से लैके प्रसाद लैके तो सरूपा साहब गुरु महाराज की हजूरी में भेट करके तो अज असी फिर गुरु महाराज खुशियां लैके चले हैं। घटो घट मैं मैं देखा तो मैं काफ़ी टाइम हो गया। मैं 15-20 दिन तो ही पहला पता लग गया। मेरे मिसिज काफ़ी टाइम दे कह रहे थे, मैं भी चलो थोड़ी श्रद्धा के अनुसार चलते हैं। ਤੁਸੀਂ ਜਦੋਂ ਤੋਂ ਆ ਰਹੇ ਹੋ ਤੁਹਾਨੂੰ ਫਰਕ ਲੱਗ ਰਿਹਾ? ਹਾਂਜੀ, ਗੁਰੂ ਮਹਾਰਾਜ ਦੀ ਕਿਰਪਾ ਵਾ, ਕੋਈ ਤਕਲੀਫ ਨਹੀਂ ਹੋਈ ਹਜੇ ਤੱਕ। ਪਰ ਅਸੀਂ ਜਾਣੀ ਉਸ ਦਾ ਕੋਈ ਐਸੇ ਜਾਣੀ ਥਾਂ ਵਿਸ਼ਵਾਸ ਹੋਣ ਦੇ ਨਾਤੇ, ਸਿੱਖ ਹੋਣ ਦੇ ਨਾਤੇ, ਅਤੇ ਅਸੀਂ ਕੋਈ ਇਸ ਤਰ੍ਹਾਂ ਦੀ ਸਕੈਨ ਵਗੈਰਾ ਵੀ ਨਹੀਂ ਕਰਾਈ ਹਜੇ ਤੱਕ। ਪਰ ਨਹੀਂ, ਗੁਰੂ ਮਹਾਰਾਜ ਨੂੰ ਵਿਸ਼ਵਾਸ ਹੈਗਾ ਕਿ ਹੁਣ ਠੀਕ ਹੋ ਜਾਣਗੇ? ਵਿਸ਼ਵਾਸ ਹੈ ਬਿਲਕੁਲ, ਵਿਸ਼ਵਾਸ ਅਤੇ ਸ਼ਰਧਾ ਦੇ ਨਾਲ ਹੀ ਅਸੀਂ ਆਏ ਹਾਂ ਜੀ। ਆਹ ਸਵੇਰ ਤੋਂ ਅਸੀਂ ਆਏ ਹੋਏ ਹਾਂ ਜੀ। ਮੇਰਾ ਪਿੰਡ ਜਗਰਾਉਂ ਦੇ ਨਾਲ ਕੋਠੇ ਪੋਨਾ ਪਿੰਡ ਹੈ, ਜਿਸ ਤੋਂ ਜਗਰਾਉਂ ਤੋਂ ਵੀ ਅੱਗੇ ਹਾਂ ਅਸੀਂ 10 ਕਿਲੋਮੀਟਰ। ਅਤੇ ਪੂਰੀ ਸ਼ਰਧਾ ਦੇ ਨਾਲ ਆਏ ਹਾਂ। ਅਤੇ ਇੱਕ ਸਿੱਖ ਹੋਣ ਦੇ ਨਾਤੇ ਜੇ ਗੁਰੂ ਘਰ ਦੇ ਵਿੱਚ ਸ਼ਰਧਾ ਵਾ ਤਾਂ ਸ਼ਰਧਾ ਬਣਾ ਕੇ ਰੱਖਣੀ ਪੈਂਦੀ ਹੈ। ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਹਨ ਅਤੇ ਇਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ। ਹੁਣ ਆਪਾਂ ਗੱਲਬਾਤ ਕਰਾਂਗੇ ਇੱਥੋਂ ਦੇ ਮੁੱਖ ਸੇਵਾਦਾਰ ਜੀ ਨਾਲ। ਆਓ ਆਪਾਂ ਗੱਲਬਾਤ ਕਰਦੇ ਹਾਂ ਅਤੇ ਜਾਣੂ ਹੋਵਾਂਗੇ ਇੱਥੋਂ ਦੇ ਇਤਿਹਾਸ ਬਾਰੇ। ਸਤਿ ਸ਼੍ਰੀ ਅਕਾਲ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ। ਬੜੀ ਕਿਰਪਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਜੀ। ਸਭ ਤੋਂ ਪਹਿਲੇ ਤਾਂ ਜੀ ਤੁਹਾਡਾ ਸਵਾਗਤ ਹੈ ਸਾਡੇ ਸ਼ਬਦ ਚੈਨਲ। ਧੰਨਵਾਦ ਜੀ ਬਹੁਤ ਬਹੁਤ। ਹਾਂਜੀ ਬਾਬਾ ਜੀ, ਤੁਸੀਂ ਇਹ ਦੱਸੋ ਕਿ ਕੀ ਇਤਿਹਾਸ ਹੈ ਇੱਥੋਂ ਦਾ? ਜਦੋਂ ਦੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੱਦੀ ਬਖਸ਼ੀ ਹੈ ਅਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਹੁਕਮ ਕੀਤਾ ਵੀ ਭਾਈ ਜਾ ਕੇ ਗੋਇੰਦਵਾਲ ਸਾਹਿਬ ਡੇਰੇ ਲਾਓ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਨੂੰ ਭਾਗ ਲਾਏ ਤਾਂ ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਵਾਸਤੇ ਆਉਣ ਲੱਗੀਆਂ। ਇੰਨੇ ਦਿਨੀ ਸਾਡੇ ਬਜ਼ੁਰਗ ਹੋਇਆ ਜੀ ਪੈਰੋਂ ਧੋਥੜ ਜੀ, ਜੋ ਸਾਡੇ ਬਜ਼ੁਰਗ ਹਨ ਉਹਨਾਂ ਨੂੰ ਹੰਜੀਰਾਂ ਦਾ ਰੋਗ ਹੋ ਗਿਆ। ਗੁਰੂ ਅਮਰਦਾਸ ਜੀ ਦੇ ਦਰਬਾਰ ਦੀ ਸੋਭਾ ਸੁਣ ਕੇ ਉਹ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਗਏ। ਜਦੋਂ ਗੁਰੂ ਸਾਹਿਬ ਜੀ ਦੇ ਦਰਬਾਰ 'ਚ ਗਏ ਅਤੇ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਦਾ ਸਰੀਰਕ ਦੁੱਖ ਜਿਹੜਾ ਹੰਜੀਰਾਂ ਦਾ ਸੀ ਉਹ ਦੁੱਖ ਦੂਰ ਹੋ ਗਿਆ। ਸਾਡੇ ਬਜ਼ੁਰਗ ਨੇ ਉੱਥੇ ਰਹਿ ਕੇ ਸੇਵਾ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ। ਜੰਗਲ 'ਚੋਂ ਬਾਲਣ ਇਕੱਠਾ ਕਰਕੇ ਲਿਆਉਣਾ ਅਤੇ ਗੁਰੂ ਕੇ ਲੰਗਰ ਤਿਆਰ ਹੋਣੇ ਅਤੇ ਸੰਗਤਾਂ ਨੇ ਜਲ ਪਾਣੀ ਛਕਣਾ। ਇਵੇਂ ਸਾਡੇ ਬਜ਼ੁਰਗ ਸੇਵਾ ਵਿੱਚ ਜੁਟੇ ਰਹੇ, ਦਿਨ ਰਾਤ ਸੱਚਣ ਸੱਚ ਦਾ ਉਚਾਰਨ ਕਰਦੇ ਰਹਿੰਦੇ ਸਨ ਅਤੇ ਆਪਦੀ ਸੇਵਾ ਵਿੱਚ ਜੁਟੇ ਰਹਿੰਦੇ ਸਨ। ਇੰਨੀ ਦਿਨੀ ਹਰੀਪੁਰ ਰਿਆਸਤ ਦਾ ਰਾਜਾ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਪੁੱਜਾ। ਗੁਰੂ ਅਮਰਦਾਸ ਸਾਹਿਬ ਜੀ ਦਾ ਹੁਕਮ ਸੀ ਵੀ ਜਿਸ ਕਿਸੇ ਨੇ ਵੀ ਸੰਗਤ 'ਚ ਆਉਣਾ ਹੈ ਉਹਨੇ ਬਿਲਕੁਲ ਸਾਦੇ ਰੂਪ 'ਚ ਆਉਣਾ ਹੈ, ਹਾਰ ਸ਼ਿੰਗਾਰ ਨਹੀਂ ਕਰਨਾ, ਸਾਧ ਰੂਪ 'ਚ ਆਉਣਾ, ਚਿੱਟੇ ਵਸਤਰ ਪਾ ਪਹਿਣ ਕੇ ਆਉਣਾ ਹੈ। ਜਿਹੜਾ ਉਹ ਹਰੀਪੁਰ ਦਾ ਰਾਜਾ ਸੀ ਜੀ, ਉਸ ਦੀਆਂ 7 ਰਾਣੀਆਂ ਸਨ। 7 ਰਾਣੀਆਂ ਵਿੱਚੋਂ ਇੱਕ ਰਾਣੀ ਨਵੀਂ ਵਿਆਹੀ ਸੀ। ਜਦੋਂ ਸੰਗਤ ਦੇ ਵਿੱਚ ਆਈ, ਗੁਰੂ ਸਾਹਿਬ ਜੀ ਦੇ ਸਨਮੁੱਖ ਆਈ ਅਤੇ ਗੁਰੂ ਸਾਹਿਬ ਜੀ ਦਾ ਚਿੱਟਾ ਦਾੜਾ ਵੇਖ ਕੇ ਸ਼ਰਮ ਦੀ ਮਾੜੀ ਨੇ ਉਹਨੇ ਘੁੰਡ ਲਿਆ ਅਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਮੁੱਖ ਵਿੱਚੋਂ ਸਹਿ ਸਵਾਏ ਬਚਨ ਨਿਕਲੇ, ਝੱਲੀਏ ਸੰਗਤ ਵਿੱਚ ਕਿਉਂ ਆਈ ਹੈ ਜੇ ਸੰਗਤ ਦੇ ਦਰਸ਼ਨ ਨਹੀਂ ਕਰਨੇ ਸੀ। ਬਚਨ ਨਿਕਲਣ ਦੀ ਡੇਰ ਸੀ, ਉਹ ਰਾਣੀ ਝੱਲੀ ਹੋ ਗਈ, ਜੰਗਲਾਂ ਵੱਲ ਭੱਜ ਗਈ। ਰਾਜਾ ਕੁਛ ਕੁ ਸਮਾਂ ਉੱਥੇ ਠਹਿਰਿਆ ਅਤੇ ਆਪਦੇ ਵਤਨ ਨੂੰ ਹਰੀਪੁਰ ਰਿਆਸਤ ਨੂੰ ਵਾਪਸ ਮੁੜ ਗਿਆ। ਜਿਸ ਤਰਫ ਸਾਡੇ ਬਜ਼ੁਰਗ ਜੰਗਲ ਵਿੱਚ ਬਾਲਣ ਲੈਣ ਜਾਂਦੇ ਸਨ ਉਸੇ ਦਿਸ਼ਾ ਵਿੱਚ ਉਹ ਰਾਣੀ ਗਈ ਸੀ। ਕੁਛ ਸਮਾਂ ਪਾ ਕੇ ਉਹ ਰਾਣੀ ਇੱਕ ਦਿਨ ਸਾਡੇ ਬਜ਼ੁਰਗ ਨੂੰ ਮਿਲੀ। ਜਦ ਸਾਡੇ ਬਜ਼ੁਰਗ ਨੂੰ ਮਿਲੀ ਤਾਂ ਹਾਲਤ ਇੰਨੀ ਕੁ ਜਾੜੀ ਮਾੜੀ ਸੀ ਵੀ ਪਛਾਣਨ ਦੇ ਯੋਗ ਨਹੀਂ ਸੀ, ਕਿਉਂਕਿ ਜੀ ਪਾਗਲਪਨ ਦੀ ਅਵਸਥਾ ਸੀ, ਵਾਲ ਖਿਲੜੇ ਸਨ, ਵਸਤਰ ਫਟੇ ਹੋਏ ਸਨ, ਇਉਂ ਜਾਪ ਰਹੀ ਸੀ ਜਿਵੇਂ ਬਲਾ ਸੀ। ਜਿੱਦਣ ਪਹਿਲੇ ਦਿਨ ਸਾਡੇ ਬਜ਼ੁਰਗ ਨੂੰ ਮਿਲੀ, ਨੰਦਰਾਂ ਮਾਰੀਆਂ, ਦੰਦੀਆਂ ਵੱਡੀਆਂ, ਬਾਲਣ ਖਿਲਾਰ ਦਿੱਤਾ, ਕੁਛ ਕੁ ਬਾਲਣ ਲੈ ਕੇ ਸਾਡਾ ਬਜ਼ੁਰਗ ਡਰਿਆ ਡਰਿਆ ਗੋਇੰਦਵਾਲ ਸਾਹਿਬ ਨੂੰ ਚੱਲਦਾ ਆ ਰਿਹਾ। ਦੂਰੋਂ ਆਉਂਦਿਆਂ ਵੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਸੱਚਣ ਸੱਚ ਕੀ ਗੱਲ ਹੈ, ਬੜਾ ਘਬਰਾਇਆ ਹੈ। ਅਤੇ ਸਾਡੇ ਬਜ਼ੁਰਗ ਨੇ ਗੁਰੂ ਅਮਰਦਾਸ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅੱਜ ਮੈਨੂੰ ਜੰਗਲ ਵਿੱਚ ਬਲਾ ਪੈ ਗਈ। ਅਤੇ ਗੁਰੂ ਸਾਹਿਬ ਜੀ ਮੁਸਕਰਾ ਕੇ ਕਹਿੰਦੇ, ਸੱਚਣ ਸੱਚ ਘਬਰਾ ਨਾ, ਹਰੀਪੁਰ ਰਿਆਸਤ ਦੀ ਰਾਣੀ ਹੈ ਜੋ ਚੱਲੀ ਹੋ ਗਈ ਸੀ, ਜਦੋਂ ਕੱਲ੍ਹ ਨੂੰ ਜਾਏਗਾ ਤਾਂ ਸਾਡੇ ਕੋਲ ਹੋ ਕੇ ਜਾਈ। ਅਗਲਾ ਦਿਨ ਚੜਿਆ, ਬਾਬਾ ਸੱਚਣ ਸੱਚ ਜੀ ਗੁਰੂ ਅਮਰਦਾਸ ਜੀ ਕੋਲ ਪੇਸ਼ ਹੋਏ। ਗੁਰੂ ਅਮਰਦਾਸ ਜੀ ਨੇ ਆਪਦੇ ਚਰਨਾਂ ਦਾ ਇੱਕ ਜੋੜਾ ਦਿੱਤਾ ਅਤੇ ਕਿਹਾ ਵੀ ਇਹ ਜੋੜਾ ਰਾਣੀ ਦੇ ਮਸਤਕ ਨਾਲ ਛੁਆ ਦੇ। ਜਦੋਂ ਸਾਡੇ ਬਜ਼ੁਰਗ ਡਰਦੇ ਡਰਦੇ ਜੰਗਲ ਵੱਲ ਗਏ, ਬਾਲ ਨੇ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਭੱਜੀ ਭੱਜੀ ਰਾਣੀ ਫਿਰ ਆਈ। ਬਾਬਾ ਸੱਚਣ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਦੀ ਬਖਸ਼ਿਸ਼ ਉਹ ਜੋੜਾ ਸਾਹਿਬ ਉਸ ਰਾਣੀ ਦੇ ਮਸਤਕ ਨਾਲ ਛੁਆਇਆ। ਜੋੜਾ ਸਾਹਿਬ ਸੌਂਦਿਆਂ ਹੀ ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਹੋਈ, ਉਹ ਰਾਣੀ ਬਿਲਕੁਲ ਤੰਦਰੁਸਤ ਹੋ ਗਈ, ਉਹਨੂੰ ਸ਼ੁੱਧ ਬੁੱਧ ਆ ਗਈ, ਵਸਤਰ ਫਟੇ ਹੋਣ ਕਾਰਨ ਸ਼ਰਮ ਦੀ ਮਾਰੀ ਝਾੜੀਆਂ 'ਚ ਬਹਿ ਗਈ ਅਤੇ ਬੇਨਤੀ ਕੀਤੀ, ਹੇ ਗੁਰਸਿੱਖਾ ਮੈਨੂੰ ਗੁਰੂ ਕੋਲ ਲੈ ਚੱਲ, ਮੈਂ ਆਪਦੀ ਭੁੱਲ ਬਖਸ਼ਾਉਣੀ ਹੈ। ਕੁਛ ਕੁ ਬਾਲਣ ਉਸ ਰਾਣੀ ਨੇ ਚੱਕਿਆ, ਕੁਛ ਕੁ ਬਾਲਣ ਸਾਡੇ ਬਜ਼ੁਰਗ ਨੇ ਚੱਕਿਆ। ਸਾਡੇ ਬਜ਼ੁਰਗ ਨੇ ਉਸ ਰਾਣੀ ਨੂੰ ਇੱਕ ਚਾਦਰ ਦਿੱਤੀ ਜਿਸ ਨਾਲ ਉਸਨੇ ਆਪਦਾ ਬਦਨ ਕੱਜਿਆ ਅਤੇ ਚੱਲਦੇ ਚੱਲਦੇ ਗੋਇੰਦਵਾਲ ਸਾਹਿਬ ਨੂੰ ਆ ਰਹੇ ਨੇ।
दूरों आउंदिया वेख के गुरु अमरदास साहब जी ने कहा जोड़ी बड़ी फब्बी है, पर जो साडे बजुर्ग सन जो गुरु अमरदास जी की शरण में आए सन पहला व्याहे हुए सन उन्होंने एक पुत्र से शहजादा मल। साढ़े बजुर्ग ने बेनती की सच्चे पातशाह जी मैं व्याह भरिया हाँ बाल बच्चेदार हाँ भी मेरी पहली धर्म पत्नी कहेगी भी सेवा कर गया सह तो यह की कर आया। फिर उदो गुरु अमरदास साहब जी कहते कुछ नहीं कहणगे ओ तुहाडा परिवार सेवा करेगा। फिर गुरु अमरदास साहब जी ने खुश होकर आपके चरणों के दोवें जोड़े बख्शे। नाले ही गुरु अमरदास साहब जी ने 22 प्रचारक थापे सन, अकबर बादशाह के 22 सूबे सन। बजुर्ग अवस्था के होने कारण गुरु अमरदास साहब जी थां थां जाके प्रचार नहीं कर सकते, इस करके उन्होंने 22 प्रचारक थापे सन, जिन्हों 22 प्रचारकों जो नौवें प्रचारक हैं बाबा सचन साहब थापे। जदों गुरु अमरदास जी ने जोड़े बख्शे नाल वर दिता सचन साहब जी जो भी श्रद्धा नाल दर्शन करेगा उन्होंने कोई भी दुख होएगा तंदुरुस्त हो जाएगा, जो भी तू वारिया शराब देंगा तेरा वारिया दिता शराब पूरा होएगा। जदों गुरु साहब जी दी बख्शिशा लैके बाबा सचन साहब जी आपके पिंड धुनी पिंड हाफजाबाद शहर जिला गुजरांवाला पाकिस्तान के जदों आपके पिंड आए तो जिहड़ी पहली माता सी उस दा हिस्सा मंगिया एक जोड़ा साहब लैके गुरु अमरदास जी का, वो आपके पेके पिंड पिंड मद्दर शेखपुरा जिला चले गई। फिर जी राणी सी जिस नाल गुरु अमरदास जी ने बाबा सचन साहब जी का आनंद कार्ज करवाया सी उन्हां विचों फिर दो पुत्र पैदा होए रूहमल ते हरामल। सोगो साडा परिवार चलता आ रहा है बाबा सचन साहब जी के विचों दास की 13वीं पीढ़ी है जी, पीढ़ी दर पीढ़ी जोड़ा साहब चलता आ रहा। इस समय यह जोड़ा साहब पिंड दुलचीके जिला फिरोजपुर विखे मौजूद है। जो पहला परिवार से जो माता पेके चले गई सी वह परिवार इस समय जी पिंड पिपल था शहर खनौरी जिला जींद मौजूद है। 19वीं मार्च में उत्थे सलाना जोड़ मेला है और दोवें जोड़ा साहब के उत्थे दर्शन करवाए जाएंगे जी। इसका इतिहास है जी इतों का। बाबा जी जेकर आप गल करिए इतने केड़ियां-केड़ियां निशानियां मौजूद हैं और वह कदों तो ये जी जदों गुरु अमरदास साहब जी का समा से उदों तो लैके ही जो गुरु अमरदास साहब जी ने बख्शिश करती परिवार के उत्ते जोड़ा साहब की इतने जी गुरु अमरदास जी के चरणों का जोड़ा साहब मौजूद है जो पीढ़ी दर पीढ़ी साढ़े परिवार को चलता आ रहा है। तो साढ़े परिवार को बारे भी जो भी कोई शरदा ना जोड़ा साहब के दर्शन करता है उन्होंने कोई भी दुख होवे शरीरक होवे या मानसिक होवे गल तो शरदा जी जो शरदा रख के दर्शन करता है उन्हें गुरु अमरदास कृपा करता है। बाबा जी जिहड़ियां संगतां हन उह कित्थों कित्थों आउंदियां हन किन्नी क दूर दूर तक आउंदियां हन? संगतां दी बहुत दूर दराडे तो चल के आउंदियां ने, बाहरले देशां च भी संगतां आउंदियां ने, यूपी हिमाचल गुजरात बहुत दूर दूर तो संगतां आउंदियां जदों गुरु घर की महिमा सुनदियां हन ते आण के इत्थे दर्शन करदियां हन ते गुरु अमरदास उहदे ते कृपा करदा है उहनूं तंदुरुस्ती बख्श दिंदा है। ते जिहड़ियां संगतां दूरों आउंदियां हन उहनां लई रहण लई कोई प्रबंध हैगा इत्थे? बिल्कुल जी इत्थे सारा प्रबंध है, सरावां बणियां होईयां हन अते लंगर भी है। जो लंगर दी अते सरावां दी सेवा है वह साढ़े नाल जी विरक परिवार जुड़िया होया है, बड़ी श्रद्धा भावना नाल सारा परिवार सेवा करता है, तुसीं उन्हां नाल गलबात कर सकदे जी। जिहड़े आपां कहिंदे आ कि संगतां जोड़ा साहिब जी आपां दर्शन करदे आ उहनां नूं मस्तिक दे नाल लगाउने आ उह सिर्फ अंशवंशी करवा सकदी है जां फिर इत्थे जिहड़े होर सेवादार ने उहनां उह नहीं करवा सकदे? नहीं जी, जिहड़े संगत नूं दर्शन करवाई दे आ जां संगत दे मस्तक नाल जोड़ा साहिब सुहाईदा है वह बाबा सचन साहब जी जी अंश है जिन्हों का परिवार चलता रहे वो दर्शन करवा सकता है, होर कोई परिवार दर्शन नहीं करा सकता। उनका कारण है क्योंकि गुरु अमरदास साहब जी ने बाबा सचन साहब जी ने वर दिते से उस परिवार के उत्ते बख्शिश की सी। सो बाकी जो गुरद्वारे का सारा प्रबंध है जो सेवा है दूजा विरक परिवार है साढ़े नाल जुड़िया बड़े चिर तो ही तो सारा परिवार सेवा सामभदा है। बाबे जी सत श्री अकाल। वाहिगुरु जी खालसा वाहिगुरु जी की फतेह। की नाम है बाबा जी? सतपाल सिंह जी। ਬਾਬਾ ਜੀ ਜਿਹੜੀਆਂ ਸੰਗਤਾਂ ਦੂਰੋਂ ਆਉਂਦੀਆਂ ਹਨ ਉਹਨਾਂ ਲਈ ਕੀ ਪ੍ਰਬੰਧ ਕਰਦੇ ਆ ਤੁਸੀਂ? ਉਹਨਾਂ ਲਈ ਪ੍ਰਬੰਧ ਜੀ ਅਸੀਂ ਸਰਾਵਾਂ ਬਣਾਈਆਂ ਨੇ, ਉਹਨਾਂ ਨੂੰ ਰਹਿਣ ਬਹਿਣ ਲਈ ਨਹਾਉਣ ਧੋਣ ਲਈ ਬਾਥਰੂਮ ਬਣੇ ਨੇ, ਅਸੀਂ ਉਹਨਾਂ ਨੂੰ ਪੂਰੀ ਸੇਵਾ ਕਰਦੇ ਹਾਂ, ਬਿਸਤਰੇ ਦਿੰਦੇ ਹਾਂ, ਖਾਣ ਪੀਣ ਦਾ ਲੰਗਰ ਜਿਹੜੇ ਵੇਲੇ ਮਰਜ਼ੀ ਆਵੇ ਉਸੇ ਵੇਲੇ ਖਾਣ ਪੀਣ ਦਾ ਤਿਆਰ ਲੰਗਰ ਹੁੰਦਾ ਜੀ। ਹਾਂਜੀ ਸਾਡੇ ਕੋਲ ਤਿਆਰ ਲੰਗਰ ਹੁੰਦਾ ਹੈ, 24 ਘੰਟੇ ਲੰਗਰ ਚੱਲਦਾ ਸਾਡਾ, ਅਤੇ ਸਰਾਵਾਂ ਦੇ ਵਿੱਚ ਰਹਿਣ ਬਹਿਣ ਲਈ ਪੂਰਾ ਪ੍ਰਬੰਧ ਹੈ ਸਾਡੇ। ਅਤੇ ਬਾਬਾ ਜੀ ਜਿਹੜੀਆਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹਨ ਤੁਸੀਂ ਕੀ ਕਹਿਣਾ ਚਾਹੋਗੇ? ਮਤਲਬ ਜਿਹੜੇ ਕਿ ਰਸਤਾ ਭਟਕ ਜਾਂਦੇ ਹਨ ਉਹਨਾਂ ਨੂੰ ਤੁਸੀਂ ਰਸਤਾ ਦੱਸੋ ਪ੍ਰੋਪਰ ਵੀ ਹਾਂ ਇੱਥੋਂ ਆ ਸਕਦੇ ਹਨ? ਹਾਂਜੀ ਇੱਥੇ ਫਿਰੋਜ਼ਪੁਰ ਆ ਜਾਣਾ, ਬੱਸ ਅੱਡੇ ਤੋਂ ਉੱਤਰ ਕੇ ਵਾਂਸੀ ਗੇਟ ਆ ਜਾਣਾ, ਵਾਂਸੀ ਗੇਟ ਤੋਂ ਟੈਂਪੂ ਲੱਗੇ ਨੇ ਦੁਲਚੀ ਕੇ ਪਿੰਡ, ਪੁੱਛ ਲੈਣ ਇਹ ਰਸਤਾ ਜੀ ਸਾਡਾ ਸਿੱਧਾ ਕਿੱਧਰੋਂ ਵੀ ਆਉਣਾ, ਹੋਰ ਅਤੇ ਸਿੰਗਲ ਰਸਤੇ ਨੇ ਉਹ ਨਹੀਂ ਲੱਗਦੇ, ਫਿਰੋਜ਼ਪੁਰ ਹੀ ਆਉਣਾ ਪੈਂਦਾ ਵੇ। ਹਾਂਜੀ ਬਾਬਾ ਜੀ ਕਹਿੰਦੇ ਕਿ ਹੁਣ ਤੁਸੀਂ ਸਾਡੇ ਸ਼ਬਦ ਚੈਨਲ ਦੇ ਰਾਹੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਜੋ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ, ਇੱਕ ਦੀ ਦਾਸ ਦੀ ਇਹ ਬੇਨਤੀ ਹੈ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਹੜੇ ਪ੍ਰਚਾਰਕ ਨੇ
उन्हां दी ड्यूटी यह लाई सी भी गुरसिखी का प्रचार करना। सो मैं संगत नूं हथ जोड़ के बेनती करता हाँ भी जिन्नियां भी संगतां इस शब्द टीवी नूं वेखदियां ने उन्हां नूं बेनती है भाई गुरु वाले बनो, अमृत छको, सिंह सजो। तो वड्डी गल है जी गुरु ते शरदा, जो भी कोई शरदा रख के गुरु घर च जांदा है तो गुरु दीआं झोलियां भरदा है। बड़ा वड्डा ही जो उपराला है शब्द टीवी कर रहा है। सो मैं शब्द टीवी का बहुत धन्यवाद करदा है। जू गुरु घर की जो भी कोई सारी सेवा है, सारे नगर का ही जिन्ना भी इलाका निवासी संगतान ने सारे का बड़ा वड्डा सहयोग है जी। इतने सारे के संगत के सहयोग न ही रल मिल के गुरु घर के कार्य चलते हैं। सो जो भी गुरु साहब कराते हैं सेवा, वो सारी संगत करती है, गुरु के हुक्म ही सारा कुछ होंगे। सो वड्डी गल है जी पिंड का बड़ा वड्डा सहयोग है साढ़े नाल, जिन्हों भी जिते भी जिंद भी ड्यूटी लाइए वो सेवा करते हैं। अभी तो ज्यों के इन्होंने जुड़े हैं जी। मल परिवार इन्होंने पहला बजुर्ग होंगे ही, वो अभी इन्होंने टोकी जूठा दे दें हैं डंगर नूं जां बंदे नूं, वो बिल्कुल सही हो जाता है। इन्नी शरदा इन्होंने इन्होंने बहुत शक्ति है, महाराज ने बख्शी इन्हों वर बख्शे ने। इन्हों के जो मूँह वचन कढ़ो पूरे होंगे ने मल परिवार के, जिन्हें भी संगत दूरों दूरों की साढ़े आप रिश्तेदार सैकड़े हिसाब न बचे ने। इतने मैं तो इतें ही हूं वा लंगर के हजारों की गिनती च लोग कैंसर वाले दूजे की हर एक चीज जो भी बीमारी होंगी बजते हैं। बहुत इन्हों बहुत वड्डी जायदाद, बहुत बहुत धन्यवाद। बहुत वार दिता गुरु अमरदास ने इन्हों, इन्हों बड़ी संगत बजती बहुत श्रद्धा न बजती। धन्यवाद बाबा जी। तुसी वेख सकते हो संगतां दूरों दूरों आईया हैं जोड़ा साहिब के दर्शन करने लई। आओ आप गलबात करते हैं इन्हों दे नाल। सत श्री अकाल वीर जी, की हाल है वीर जी? वधिया जी। की नाम है वीर जी तुहाडा? कित्थों आए वीर जी? अमृतसर साहिब। ठीक है, तुहानू किसी ने दस्या पहले? हाँ जी, नहीं दस्या ही वीडियो वेखी पापा ने, उन्हां ना आए फिर जोड़ा। किन्ने टाइम तो आ रहे हो तुसी इत्थे? पहली रही आए आपां? हाँ जी जी। वीडियो वेख के आए हो वीर जी? ठीक है वीर जी। ये उस समय का दृश्य है जदों गुरु अमरदास बाबा जी ने जोड़ा साहिब ते मंजी बख्शी। तन तन श्री गुरु अमरदास जी बाबा सचन सच जी नू जोड़ा साहिब बख्शते होए। ये उस समय का दृश्य है जदों बाबा जी तन तन बाबा जी सचन सच जी झल्ली राणी नू जोड़ा साहिब लगाते होए। सत श्री अकाल बाबा जी। हाँ जी बाबा जी, उम्मीद करते हैं। हाँ जी ठीक ठाक जी, गुरु साहब की कृपा जी। तुसी सानू ये दसो, तुसी शबद चैनल दे राही संगतां नू की संदेश देना चाहते हो जी? असं यही कहना चाहते हैं जी, जिनी भी संगत इतने आँदी गुरु साहब की मेहर नाल ठीक हो के जाती है, तो इतने वो तो वह संगत आवे फिरोजपुर छाउणी तो लैके जितों मर्जी पुछण, जदों मर्जी जिहड़े वेले मर्जी आउण, साढ़े फोन नंबर भी लै सकते हैं, तो फिरोजपुर तो जितों मर्जी पुछ के आओ। इतों दुनिया बड़ी ठीक होंगी, किसी का भला हो जाए तो सानू बड़ी खुशी होगी इस गल की। असी तुहाडा शब्द चैनल का आया का तय दिलों शुक्रगुजार हाँ कि तुसी भी साढ़े नाल बहुत सेवा करते पै जे, इस तरह ही करते रहो, तो महाराज मेहर करे सच्चे पातशाह। जदों मर्जी आओ, रैश का पूरा प्रबंध है, लंगर का पूरा प्रबंध है जी। बाकी फिर भी किसी चीज़ की लोड़ हो, फोन नंबर असं देन लगे हैं, तुम फोन करके जदों मर्जी आओ जी। आया तुहाडा सारिआं दा वाहिगुरू जी का खालसा, वाहिगुरू जी की फतेह। आओ आप इतने आई होर संगतां दे नाल गलबात करते हैं। सत श्री अकाल आंटी जी। हाँ जी, की हाल है? वधिया जी, ठीक ठाक, तुसी सुनाओ जी। बस जी वधिया। कित्थों आए हो तुसी? असीं इत्थों दे ही रहण वाले हाँ जी। कहिंदे कि इत्थे आउण नाल वड्डे वड्डे दुख दूर हो जाते हैं, तो तुसी भी कोई दुख लैके आए सी? हाँ जी, असीं भी काफ़ी देर तो जी बीमार सां, पत्थरी की शिकायत सी, सिर की भी सी, तो उन्हें असं बहुत ठीक होए हैं, इतने सेवा करते हैं। पत्थरी भी निकल गई, सिर न भी ठीक हो गए हैं जी, वधिया हैं। जी थोनू पत्थरी की प्रॉब्लम सी ये किन्ने सालों तो? वाह, काफ़ी 6-7 साल तो सी जी। दवाइया लीतियां डॉक्टर तो कोई फर्क? कोई फर्क नहीं पाया मैडम जी, तो हूँ पिया फर्क, इतों जोड़िया की भी सेवा करी दी सी, उन्हें फर्क पिया। हाँ जी, जी होर भी इतने संगत आँदी है, इत्थे होर आए ने बीबियां 1.5 महीने तो रह रही ने, उन्होंने दोवां दे बच्चे भी बहुत, एक हड्डियां चुकदा सी ते पैर नहीं सी थले लांदा हैगा, उन्हूं भी वधिया आराम है। एक होर बीबी उनका बेटा बहिंदा भी नहीं, खलोना तो किधरे बहिंदा भी नहीं सी हैगा, वह भी बहन लग गया ठीक हो 1.5-1.5 महीने। उन्हें 3-3 महीनों की असी सेवा इतने करके जानी है, भी असी ठीक हो के जाना, इतों जाना नहीं उन्ना चेर। असी जेकर आप गल करिए जिदा कहते हैं कि दूरों संगत आदियां हैं, है ना, तो जिन्होंने दुख होंगे वो इन्ना टाइम रह नहीं सकते, तो फिर मतलब कितना टाइम इतने फेरी लानी पैंदी है?
वो कई एवें जिमें गुरु घरे आते ने लैके चरण तूड जाते हैं पंजा दिन भी कई फर्क विखा दें कई 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 चेर लग जाते हैं भी फर्क नहीं पैंदा हैगा तो वह कोई उन्होंने भी बेच कमी होंगी अपनिया कमिया तो वो जिन्हों छेती नहीं कोई इलाज हों एवें हों जो परहेज नहीं आप करते है फिर त जोड़ा परहेज करता उन्होंने छेती बच के इतों जाते हैं वाहगुरु जी शराब का मीट का जिमें सब परहेज करते हैं मत्थे नहीं लगना कुछ नहीं एवें इतने जो जो कोई बंदा आंदा मतलब उन्होंने परहेज करने पैंदे हाँ जी मीट का शराब का सारे परहेज ने तंबाकू जरदा कुछ नहीं होना चाहिए घर में किसी चीज़ के मत्थे नहीं यहोजी लगना है सुची थां ते ही रहना है बस इतने हर एक मनोकामना पूरी हो जाती हाँ जी हाँ जी जो दिलों करेगा बहर भी जाता विदेशों के भी हर जो नौकरियों बारे सारे बारे मनोकामना मंग के जाता सब दुनिया दी पूरी होंदिया ने लोग खंड पाठ भी वादू इतने कराते हैं तो ठीक होंगे ने जी सत श्रीकाल जी सो ये तुहानू दर्शन करवाए गुरद्वारा साहिब सच्ची मंजी पिंड दुलची के जिला फिरोजपुर तुसी वेख्या कि संगता दूरों दूरों आउंदियां हन अते मत्थे दे नाल लगाउण नाल दुख दूर हो जांदे हन इसे दे नाल असी लैने आ अलविदा जेकर तुहानू साडी वीडियो चंगी लगती है वधिया लगती है तो इसनू लाइक शेयर कमेंट जरूर करो अते जो कोई भी फिरोजपुर दे नेड़े तेड़े आउंदा होया दर्शन जरूर करके जायो जी मेरे नाल कैमरामैन ओपी बंटू सत श्री अकाल जी।